ਸਤਿ ਸ਼੍ਰੀ ਅਕਾਲ, ਮੈਂ ਰਚਨਾ। ਦੈਨਿਕ ਸਵੇਰਾ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਪਹਿਲਾਂ ਨਜ਼ਰ ਪਾਉਂਦੇ ਹਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਤੇ। ਜੇਲ੍ਹ ਵਿੱਚ ਦੋਸਤੀ ਹੋਣ ਤੋਂ ਬਾਅਦ ਬਣਾਇਆ ਗੈਂਗ ਤੇ ਸ਼ੁਰੂ ਕੀਤਾ ਨਸ਼ਾ ਤਸਕਰੀ ਦਾ ਕੰਮ। ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਵਿਦਿਆਰਥਣ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ। ਨਕਾਰਾ ਬੰਬਾਂ ਦਾ ਸਕ੍ਰੈਪ ਇਕੱਠਾ ਕਰਦਿਆਂ ਬੰਬ ਫਟਣ ਨਾਲ 3 ਵਿਅਕਤੀ ਜ਼ਖਮੀ, 2 ਦੀ ਹਾਲਤ ਗੰਭੀਰ। ਅਤੇ ਅੰਮ੍ਰਿਤਸਰ 'ਚ ਨਸ਼ਾ ਫੈਕਟਰੀ ਫੜੇ ਜਾਣ ਦੇ ਮੁੱਦੇ ਤੇ ਚੁੱਪ ਨੇ ਅਕਾਲੀ ਦਲ ਤੇ ਕਾਂਗਰਸ ਦੇ ਵੱਡੇ ਨੇਤਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਮ੍ਰਿਤਸਰ ਵਿੱਚ ਫੜੇ ਗਏ ਨਸ਼ਾ ਤਸਕਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਜੇਲ੍ਹ ਵਿੱਚ ਦੋਸਤੀ ਹੋਣ ਤੋਂ ਬਾਅਦ ਇਹਨਾਂ ਨੇ ਆਪਣਾ ਗੈਂਗ ਬਣਾ ਲਿਆ ਸੀ ਅਤੇ ਨਸ਼ਾ ਤਸਕਰੀ ਦੇ ਕੰਮ ਵਿੱਚ ਪੈ ਗਏ ਸਨ। ਅੰਮ੍ਰਿਤਸਰ ਦੀ ਡਰੱਗ ਫੈਕਟਰੀ ਦੇ ਬਾਅਦ ਬੀਤੀ ਰਾਤ ਪੁਲਿਸ ਨੇ ਅੰਮ੍ਰਿਤਸਰ ਦੀ ਪਾਮ ਸੁਸਾਇਟੀ 'ਚ ਸਥਿਤ ਇੱਕ ਹੋਰ ਕੋਠੀ ਤੇ ਛਾਪੇਮਾਰੀ ਕੀਤੀ ਤੇ ਇੱਥੇ ਚੱਲਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਗਿਆ। ਹਾਲਾਂਕਿ ਇੱਥੇ ਰਹਿੰਦੇ ਨਾਮੀ ਤਸਕਰ ਕਿਸ ਤਰ੍ਹਾਂ ਪੁਲਿਸ ਦੇ ਉੱਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਉਹ ਵੀ ਤੁਹਾਨੂੰ ਦੱਸਾਂਗੇ, ਪਰ ਪਹਿਲਾਂ ਪੁਲਿਸ ਤੋਂ ਸੁਣ ਲਓ ਕਿ ਕਿਵੇਂ ਪੌਸ਼ ਇਲਾਕੇ 'ਚ ਕਿਰਾਏ ਤੇ ਕੋਠੀ ਲੈ ਨਾਮੀ ਡਰੱਗ ਡੀਲਰ ਇੱਥੇ ਆਪਣਾ ਕਾਲਾ ਧੰਦਾ ਚੋਰਦੇ ਸਨ। ਟੋਟਲ ਸਾਨੂੰ ਇਹਦੇ 'ਚ 20 ਤੋਂ 25 ਰਾਊਂਡ ਜਿਹੜੀ ਕ੍ਰੋਸ ਫਾਇਰਿੰਗ ਦੇ ਵਿੱਚ ਟੋਟਲ ਇਹਦੇ 'ਚ ਜਿਹੜੀ ਉਹ ਫਾਇਰਿੰਗ ਹੋਈ ਆ, ਔਰ ਇਹਦੇ ਵਿੱਚ ਜਿਹੜਾ ਉਹ ਬੈਗ ਲੈ ਕੇ ਭੱਜੇ ਨੇ, ਔਰ ਹੋ ਸਕਦਾ ਉਹ 'ਚ ਕਾਫੀ ਸਮਾਨ ਹੋਵੇ, ਐਜ਼ ਪਰ ਅਵਰ ਇਨਫੋਰਮੇਸ਼ਨ ਵੀ ਇਹਨਾਂ ਕੋਲ ਕਾਫੀ ਸਮਾਨ ਸੀਗਾ। ਔਰ ਇਹਨਾਂ ਦੀ ਮੋਡਸ ਪਰੈਂਡੀ ਇਹ ਸੀਗੀ ਵੀ ਇਹ ਕਿਸੇ ਇੱਕ ਜਗ੍ਹਾ ਦੇ ਉੱਤੇ, ਜਿਸ ਤਰ੍ਹਾਂ ਤਾਰਾਂ ਵਾਲਾ ਪੁਲ ਹੈ ਜਾਂ ਉੱਥੇ, ਇਹ ਮਨੀ ਨੂੰ ਭੇਜਦੇ ਸੀਗੇ। ਉੱਥੋਂ ਇਹਨਾਂ ਨੂੰ ਇੱਕ ਜੋਧਾ ਨਾਮ ਦਾ ਲੜਕਾ ਔਰ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਬੰਦੇ ਸੀਗੇ, ਜਵੇਦ ਹੀ ਭੇਜਦਾ ਸੀਗਾ, ਭੇਜ ਕੇ ਉੱਥੇ ਇਹਨੂੰ ਮਾਲ ਦਿੱਤਾ ਜਾਂਦਾ ਸੀ, ਔਰ ਉਹੀ ਅੱਗੇ ਜੇ ਉਹਨਾਂ ਦੇ ਦੱਸੇ ਹੋਏ ਜਵੇਦ ਦੇ ਜਾਂ ਗੰਜੇ ਦੇ ਪਤੇ ਦੇ ਅੱਗੇ ਡਿਲੀਵਰ ਕਰਦਾ ਸੀ। ਪੁਲਿਸ ਮੁਤਾਬਕ ਜੋ ਤਸਕਰਾਂ ਦਾ ਗੈਂਗ ਇੱਥੇ ਰਹਿੰਦਾ ਸੀ ਉਹਨਾਂ ਸਭ ਦੀ ਮੁਲਾਕਾਤ ਜੇਲ੍ਹ ਦੇ ਵਿੱਚ ਹੀ ਹੋਈ ਸੀ ਤੇ ਇਸੇ ਦੋਸਤੀ ਨੇ ਇਹਨਾਂ ਨੂੰ ਨਸ਼ੇ ਦੇ ਬਿਜ਼ਨਸ ਪਾਰਟਨਰ ਬਣਾ ਦਿੱਤਾ। ਇਹਨਾਂ ਦੇ ਉੱਤੇ ਪਹਿਲਾਂ ਵੀ 2-2, 3-3 ਪਰਚੇ ਸਾਰਿਆਂ ਦੇ ਰਜਿਸਟਰ, ਔਰ ਸਾਰੇ ਆਪਸ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਇਹਨਾਂ ਦੀ ਮੁਲਾਕਾਤ ਹੋਈ ਸੀ। ਹੁਣ ਜ਼ਰਾ ਇਹ ਸੀਸੀਟੀਵੀ ਤਸਵੀਰਾਂ ਵੀ ਦੇਖ ਲਓ ਜਿਨ੍ਹਾਂ 'ਚ ਕੰਧਾਂ ਤੋਂ ਛਾਲਾਂ ਮਾਰ ਕੇ ਫਰਾਰ ਹੁੰਦੇ ਨਸ਼ਾ ਤਸਕਰ ਸਾਫ਼ ਵਿਖਾਈ ਦੇ ਰਹੇ ਨੇ। ਦੱਸਿਆ ਜਾ ਰਿਹਾ ਕਿ ਇਹ ਕੋਠੀ ਦੀ ਬੈਕ ਸਾਈਡ ਹੈ ਜਿੱਥੋਂ ਦੀ ਇੱਕ ਪਲਾਟ ਦੇ ਰਾਹੀਂ ਇਹ ਤਸਕਰ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਏ। ਤੁਸੀਂ ਦੇਖ ਸਕਦੇ ਹੋ ਇਹ ਉਹ ਪਲਾਟ ਜਿਸਦੀ ਕੰਧ ਤੋੜ ਕੇ ਦੋ ਤਸਕਰ ਗੰਜਾ ਅਤੇ ਜਾਵੇਦ ਇੱਥੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ ਅਤੇ ਮੌਕੇ 'ਤੇ ਪੁਲਿਸ ਵੱਲੋਂ 3 ਤਸਕਰਾਂ, ਸਾਜਨ, ਮਨੀ ਅਤੇ ਇੱਕ ਹੋਰ ਉਹਨਾਂ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਪਾਸੋਂ 500 ਗ੍ਰਾਮ ਨਸ਼ੀਲਾ ਪਾਊਡਰ ਹੈਰੋਇਨ ਜਿਹੜੀ ਉਹ ਬਰਾਮਦ ਕੀਤੀ ਗਈ ਹੈ। ਤਾਂ ਪੁਲਿਸ ਦੇ ਹੱਥ 3 ਤਸਕਰ, ਫਾਰਚੂਨਰ ਗੱਡੀ ਤੇ ਕੁਝ ਹੈਰੋਇਨ ਲੱਗੀ ਹੈ, ਪਰ ਨਾਮੀ ਅਪਰਾਧੀ ਫਰਾਰ ਹੋਣ 'ਚ ਕਾਮਯਾਬ ਹੋ ਗਏ ਜਿਨ੍ਹਾਂ ਦੀ ਭਾਲ ਲਈ ਹੁਣ ਪੁਲਿਸ ਛਾਪੇਮਾਰੀ ਕਰ ਰਹੀ ਹੈ। ਅੰਮ੍ਰਿਤਸਰ ਤੋਂ ਸਿਕੰਦਰ ਪਸਰੀਚਾ ਦੇ ਨਾਲ ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਫਰੀਦਕੋਟ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਇੱਕ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇਹ ਕੁੜੀ 3 ਸਾਲ ਦੀ ਵਿਦਿਆਰਥਣ ਸੀ ਅਤੇ ਜਲਾਲਾਬਾਦ ਤੋਂ ਮਾਈਗ੍ਰੇਟ ਹੋ ਕੇ ਇੱਥੇ ਆਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਇੱਕ ਘਟਨਾ ਹੋਈ ਹੈ ਜਿਸ ਵਿੱਚ ਕਿ ਇੱਕ ਲੜਕੀ ਵੱਲੋਂ ਸੁਸਾਈਡ ਦੱਸਿਆ ਜਾ ਰਿਹਾ ਕਿ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਜਾਣਕਾਰੀ ਲਈ ਸਾਡੇ ਨਾਲ ਰਾਵਤ ਸਾਹਿਬ ਮੌਜੂਦ ਨੇ, ਪ੍ਰਿੰਸੀਪਲ ਨੇ। ਸਰ, ਅਬ ਇਹ ਕੀ ਕੁਛ ਹੋਇਆ ਹੈ, ਸਾਰੀ ਗੱਲਬਾਤ ਕੀ ਹੋਈ ਹੈ? ਮੈਨੂੰ ਪਹਿਲੇ ਹੀ ਆਪਕੋ ਬਤਾਇਆ, ਸਭ ਠੀਕ ਠਾਕ ਥਾ। ਕਲਾਸ ਮੇ ਗਈ, ਬੱਚੀ ਨੇ ਦੁਪਹਿਰ ਕਾ ਖਾਣਾ ਖਾਇਆ, ਬਾਹਰ ਸੇ ਆਈ, ਮੁਝੇ 5:30 ਵਜੇ ਵਾਰਡਨ ਕਾ ਫੋਨ ਗਿਆ ਕਿ ਬੱਚੀ ਨੇ
लटक गई है या जो भी हो गया है। मैं इमीडिएटली आया तो बच्चे को कैजुअल्टी लेके पहुंच गए और कैजुअल्टी में मैं देखा कि शी इज़ नो मोर। कौन सी क्लास की लड़की है सर, क्या अभी शिफ्ट हुई है यहाँ पर? ये पहले जलालाबाद की स्टूडेंट थी, यहाँ माइग्रेट हुई और थर्ड ईयर की बच्ची थी। अभी पहली बार में क्या लग रहा है, उसके रूम वगैरह देखा जैसे आप लोगों ने, क्या लग रहा है पहली नज़र में, क्या लग रहा है सुसाइड है क्या कुछ और मामला लग रहा है? देखो इसकी तो पुलिस जांच कर रही है, पुलिस ने सारा कुछ देख लिया है, जो भी है उस पर कार्रवाई होगी अकॉर्डिंगली लॉ के अकॉर्डिंग। इनके परिवार वाले हैं क्या, परिवार वाले क्या कुछ कह रहे हैं, क्या कुछ रेडी हैं पोस्टमार्टम वगैरह के? ना परिवार वालों ने रिक्वेस्ट किया अभी इस हिसाब से कि हम नहीं चाहते कि पोस्टमार्टम वगैरह हो, बट जो भी कानून कार्रवाई है वो होगी। ठीक है, तो प्रिंसिपल साहब साढ़े नाल मौजूद सके गुरु गोबिंद सिंह मेडिकल कॉलेज के इतने जो नर्सिंग है उसकी एक विद्यार्थन दसी जा रही है बीएससी नर्सिंग की। फिलहाल वेखते हैं कि पुलिस वालों हर पक्षों जांच की जा रही है, काफ़ी कुछ गल्लां ने जो कि मुझे सामने आनियां ने दसा जा रहा है कि जिस तरीके की लड़की जो है जलालाबाद तो हुणे ही माइग्रेट होकर इतने जो गुरु गोबिंद सिंह मेडिकल कॉलेज फरीदकोट है इतने आई सी। फिलहाल वेखते हैं कि पुलिस जांच में हो रहे इस मामले में लेकर की कुछ निकल के सामने आए। फिलहाल की गल करिए तो दसा जा रहा है कि जो लड़की के परिजन ने उन्होंने वालों पोस्टमार्टम करवाने तो मना कर दिया गया है। फरीदकोट तो कैमरा पर्सन राजेश बागड़े के नाल सूरज प्रकाश, दैनिक सवेरा टीवी। थाना खिलचियां अधीन आंदे पिंड जोधा दे तीन व्यक्ति फौज वालों नकारा किए बंबा का स्क्रैप इकट्ठा करन गए, एक बंब दे ब्लास्ट होने नाल जख्मी हो गए। इन्हां नूं अमृतसर दे गुरु नानक देव हस्पताल विच भर्ती करवाया गया है, जिथे इन्हां विचों दो दी हालत गंभीर दसी जा रही है। थाना कलचियां दे अधीन पैंदे एक पिंड मैनी दे विच आर्मी दा नो मैन जोन है, जिथे वो अपना फालतू समान है जिहड़ा बेकार हो गया समान वह उन्होंने नष्ट करती है। अज भी जिहड़ा उत्थे आर्मी वालों अपना समान जिहड़ा है वह नष्ट किया गया सीगा, पर उत्थों जिहड़े झाड़ियां दे विच छुपे हुए तीन लोग सन जिहड़े कि उस उत्थों पित्तल और होर जरूरी समान उत्थे लैण लई गए, जितों कि एक बंब ब्लास्ट हो गया जिस कारण वह तिने जख्मी हो गए ने। उन्हां नूं इलाज दे लई अमृतसर के गुरु नानक हॉस्पिटल दे विच लियांदा गया है। मेरे नाल ने इस वेले SHO खलचियां, उन्हां को जानदे हां कि सारा है मामला। थाना ब्यास दे एरिए विच म्याणी पिंड है, जोधिया पिंड के नज़दीक म्याणी पिंड है, जिथे बंब ब्लास्ट जिहड़े ओह कीते जांदे आ। जिहड़े आस पास के लोग है वह बंब ब्लास्ट होण तों बाद जिहड़ा ओहदा मटीरियल है जिहड़ा लोहा है कचरा ओह इकट्ठा करन वास्ते उत्थे चले जांदे आ। इह लोग जिहड़े तकरीबन झाड़ियां दे विच लुके रहिंदे आ, जदों बंब ब्लास्ट हो जांदा इह फिर मतलब कि अपनी आड़ 'च ही लुके ते लोहा इकट्ठा कर लैंदे आ। अज भी बंब ब्लास्ट होण तों बाद इन्हां ने महसूस किया भी बंब ब्लास्ट हो गया, ये कचरा चुकन वास्ते जां उहदा मटीरियल चुकन वास्ते उत्थे मौके ते गए आ। उत्थे जाण नाल कोई मिस बंब सी वह जिहड़ा बंब चल गया, जिहदे नाल कश्मीर सिंह, हीरा सिंह ते मुख्तार सिंह ये पिंड जोधे थाणा ब्यास 'च पैंदा वह जिहड़े आ जख्मी होया। इहदे विच मुख्तार सिंह ठीक है, हीरा सिंह ते कश्मीर सिंह उहनां दी हालत थोड़ी जी गंभीर है। ये कोई पहला मामला नहीं है जिहड़ा कि इत्थे वापरिया है, इस तो पहले भी कई मामले वापरे ने। लोग उत्थों दे खलचियां दे पिंडां दे लोग उत्थे आर्मी नो मैन जोन दे विच जा के पित्तल और होर लोहा जिहड़ा इकट्ठा करदे ने और हादसे दा शिकार हो जांदे ने। इस बार भी जिहड़े हादसा होया है उस दे विच तीन लोग जख्मी होए ने और इन्हां नूं गुरु नानक देव दे एमरजेंसी वार्ड विच लियांदा गया है, जिन्हां विच एक दी हालत ठीक है, दो गंभीर जख्मी ने। कैमरा पर्सन विपन दे नाल ज्योति बहल, दैनिक सवेरा टीवी, अमृतसर। नशे दे मुद्दे ते एक दूजे नूं घेरन वाले श्रोमणी अकाली दल ते कांग्रेस दे वड्डे नेतावां ने अमृतसर विच फड़ी गई नशा फैक्टरी बारे चुप्पी साध रखी है। इस नशा फैक्टरी मामले विच दोवां ही पार्टियां दे सिपाहियां दा नां बोल रहा है। हैरोइन तस्करी ने उलझाए अकाली ते कांग्रेसी, कुछ होए रुपोश ते कुछ ने झाड़िया पल्ला, क्यों चुप ने अकाली दल ते कांग्रेस दे वड्डे लीडर। अमृतसर चो फड़ी गई हैरोइन दी वड्डी खेप ने अकाली दल ते कांग्रेस दे कुछ सिपाहियां नू कोठियां दे गेट च उलझा दिता है। अपने आप नू बेगुनाह दसन वाला ड्रग फैक्टरी वाली कोठी दा मालक अकाली आगू अनवर मसीह ता अंडरग्राउंड हो चुका है, ता दूजे पासे मामले च पुत दा नाम आउण तों बाद कांग्रेसी कौंसलर प्रदीप शर्मा भी नो कमेंट आख रहे ने। पर वड्डा सवाल है कि नशे दे मुद्दे ते इक दूजे नू घेरन दा मौका ना गवाउण वाले अकाली दल दे प्रधान सुखबीर बादल ते पंजाब दे CM कैप्टन अमरिंदर सिंह अपने सिपाहियां दा नाम मामले च आउण तों बाद क्यों चुप ने।
हाई प्रोफाइल ड्रग रैकेट ते इन्हां दोवें दिग्गजां दी चुप्पी ते सवाल इस लई भी ने क्योंकि जिथे अकाली आगू अनवर मसीह दी कोठी च ड्रग फैक्टरी चल रही सी तां उत्थे इस फैक्टरी दा किंगपिन मन्ने जा रहे सिमरजीत संधू दे पिता सरबजीत संधू दा संबंध कांग्रेस नाल दस्या जा रहा है। इन्ने नहीं कांग्रेसी कौंसलर प्रदीप शर्मा दे पुत दा नाम मामले च जुड़ना भी कांग्रेस लई वड्डे सवाल खड़े कर रहे। आखिर हुण उन्हां नूं इस मुद्दे ते पत्रकारां मूहरे जाके बोलण दी याद क्यों नहीं आ रही। इस मामले च एसटीएफ वालों एक तो बाद एक नवे खुलासे किए जा रहे ने। कांग्रेसी ते अकाली आगुआं नूं जांच च शामिल होण लई नोटिस भी भेजे जा रहे ने पर बावजूद इस दे नशे दे मुद्दे ते एक दूजे नूं खूब घेरण वाले अकाली दल ते कांग्रेस दे वड्डे लीडर चुप्पी धारी बैठे ने। ब्यूरो रिपोर्ट दैनिक सवेरा टीवी। पवित्र शहर अमृतसर इन्नी दिनी नशे दी हब बनदा जा रहा है। इत्थे लगातार नशे दे तस्करां नूं काबू कीता जा रहा है ते भारी मात्रा विच नशे दी बरामदगी भी हो रही है जो कि आने वाले समय लई चिंता दा विषय है। अमृतसर शहर हो रहा है बदनाम कि अमृतसर शहर बनता जा रहा है हैरोइन दा हब। अमृतसर च कित्थों आउंदी है इन्नी वड्डी तादाद च हैरोइन। इतिहासिक शहर अमृतसर जो पंजाब दा टूरिज्म हब भी मन्या जांदा है जिथे हर रोज लखां सैलानी दरबार साहब जलियांवाला बाग अते वाघा बॉर्डर वर्गियां थां नूं वेखण आउंदे ने पर पिछले कुछ सालां तों अमृतसर नूं एक बदनाम करने वाली पछाण मिलती जा रही है। जी हाँ कदे अचार ते मुरब्बियां लई जाणिया जांदा अमृतसर हुण हैरोइन दा हब बनता जा रहा है। क्यों लोकां दे मनां च बदलता जा रहा है अमृतसर दा सरनामा उह वी दसांगे पर पहला जरा इत्थों हाल ही च फड़े गए हैरोइन दे जखीरियां दी गल कर लईए। छोटियां मोटियां रिकवरियां तां चलदियां रहिंदियां ने पर कुछ महीने पहला बार्डर पार तो अमृतसर पहुंची 600 किलो हैरोइन ने केंद्रीय एजेंसियां तक नूं हिला के रख दिता। जबकि हद उदों होगी जदों पिछले हफ्ते अमृतसर दे विच 188 किलो हैरोइन दे नाल ड्रग फैक्टरी दा पर्दा फाश होया जिस दे तहत फड़े गए मुलजमां दी निशानदेही 2 दिन पहला 3.5 किलो हैरोइन होर फड़ी गई जबकि बीती रात नशा तस्करां नाल मुठभेड़ हुई अते होर हैरोइन बरामद हुई। ਇਹ ਤਾਂ ਹਾਲ ਵਿੱਚ ਹੋਈਆਂ ਵੱਡੀਆਂ ਰਿਕਵਰੀਆਂ ਨੇ ਪਰ ਹਰ ਰੋਜ਼ ਬਾਰਡਰ ਅੰਮ੍ਰਿਤਸਰ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ ਤੋਂ ਪਤਾ ਨਹੀਂ ਹੈਰੋਇਨ ਅਤੇ ਹੋਰ ਕਿੰਨੇ ਤਰ੍ਹਾਂ ਦਾ ਨਸ਼ਾ ਬਰਾਮਦ ਹੁੰਦਾ। ਇੱਥੋਂ ਤੱਕ ਕਿ ਕਈ ਵਾਰ BSF ਮੁਲਾਜ਼ਮ ਵੀ ਇਸ ਧੰਦੇ ਦੇ ਮੋਰੀ ਬਣੇ ਪਾਏ ਗਏ ਨੇ। ਪਰ ਹੁਣ ਵੱਡਾ ਸਵਾਲ ਇਹ ਹੈ ਕਿ ਆਖਰ ਇੰਨੀ ਵੱਡੀ ਤਾਦਾਦ 'ਚ ਨਸ਼ੇ ਦੀ ਖੇਪ ਅੰਮ੍ਰਿਤਸਰ ਪਹੁੰਚਦੀ ਕਿਵੇਂ ਹੈ। ਇਸ ਦਾ ਵੱਡਾ ਕਾਰਨ ਇੱਥੇ ਲੱਗਦਾ ਬਾਰਡਰ ਦੱਸਿਆ ਜਾਂਦਾ ਹੈ। ਦਰਸਲ ਬਹੁਤ ਵਾਰ ਬਾਰਡਰ ਨੇੜੇ ਦੱਬੀ ਗਈ ਹੈਰੋਇਨ ਵੀ ਪੁਲਿਸ ਜਾਂ ਫਿਰ BSF ਦੇ ਹੱਥ ਲੱਗਦੀ ਹੈ ਤੇ ਕਈ ਵਾਰ ਬਾਰਡਰ ਦੇ ਇਸ ਅਤੇ ਉਸ ਪਾਰ ਬੈਠੇ ਨਸ਼ਾ ਤਸਕਰ ਵੀ ਪੁਲਿਸ ਦੇ ਹੱਥੇ ਚੜ੍ਹਦੇ ਨੇ ਪਰ ਇਹ ਸਿਲਸਿਲਾ ਰੁਕਦਾ ਨਹੀਂ ਹੈ। ਇੱਥੋਂ ਤੱਕ ਕਿ ਪੁਲਿਸ ਮੰਨਦੀ ਹੈ ਕਿ ਹੁਣ ਤਾਂ ਨਸ਼ਾ ਤਸਕਰੀ ਲਈ ਡਰੋਨ ਦਾ ਇਸਤੇਮਾਲ ਵੀ ਹੋਣ ਲੱਗਾ। ਜਦਕਿ ਹਾਲ ਹੀ 'ਚ ਸਾਹਮਣੇ ਆਈਆਂ ਰਿਪੋਰਟਾਂ ਦੇ ਮੁਤਾਬਕ ਹੈਰੋਇਨ ਦੀ ਖੇਪ ਜੋ ਅੰਮ੍ਰਿਤਸਰ ਦੀ ਨਸ਼ਾ ਫੈਕਟਰੀ 'ਚ ਮਿਲੀ ਹੈ ਉਹ ਕੋਟਕਪੂਰਾ ਦੇ ਜ਼ਰੀਏ ਅੰਮ੍ਰਿਤਸਰ ਪਹੁੰਚੀ ਜਿਸ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਹੈਰੋਇਨ ਦਾ ਰੋ ਮਟੀਰੀਅਲ ਵੀ ਮਿਲਿਆ। ਯਾਨੀ ਹੈਰੋਇਨ ਸਿਰਫ ਬਾਹਰੋਂ ਨਹੀਂ ਆਉਂਦੀ ਬਲਕਿ ਅੰਮ੍ਰਿਤਸਰ 'ਚ ਵੀ ਤਿਆਰ ਹੋਣ ਲੱਗੀ ਹੈ। ਹੁਣ ਇਹ ਗੱਲ ਤਾਂ ਸੀ ਉਹਨਾਂ ਨਸ਼ਾ ਤਸਕਰਾਂ ਅਤੇ ਉਹਨਾਂ ਰਿਕਵਰੀਜ਼ ਦੀ ਜਿਹੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ।
ਪਰ ਇਸ ਦੇ ਇਲਾਵਾ ਹੋਰ ਕਿੰਨੇ ਨਸ਼ੇ ਦੇ ਸੌਦਾਗਰ ਇਸ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬੈਠੇ ਆਪਣੇ ਧੰਦੇ ਚਲਾ ਰਹੇ ਨੇ ਅਤੇ ਪੰਜਾਬ ਦੀ ਜਵਾਨੀ ਨੂੰ ਡੋਬ ਰਹੇ ਨੇ, ਇਸ ਦਾ ਅੰਦਾਜ਼ਾ ਲਗਾਉਣਾ ਸ਼ਾਇਦ ਮੁਸ਼ਕਿਲ ਹੈ, ਕਿਉਂਕਿ ਕਈ ਵਾਰ ਤਾਂ ਨਸ਼ਾ ਤਸਕਰਾਂ ਦੀ ਭਾਲ 'ਚ ਇੱਥੇ ਗਈਆਂ ਪੁਲਿਸ ਦੀਆਂ ਟੀਮਾਂ 'ਤੇ ਵੀ ਇਹ ਅਪਰਾਧੀ ਹਮਲਾ ਬੋਲ ਚੁੱਕੇ ਨੇ। ਤੇ ਹੁਣ ਬੇਸ਼ੱਕ ਐਸਟੀਐਫ ਹੱਥ ਲਗਾਤਾਰ ਕਾਮਯਾਬੀਆਂ ਲੱਗ ਰਹੀਆਂ ਨੇ, ਪਰ ਸਵਾਲ ਇਹੀ ਹੈ ਕਿ ਆਖਰ ਇੰਨੀ ਚੌਕਸੀ ਅਤੇ ਮੁਸਤੈਦੀ ਦੇ ਬਾਵਜੂਦ ਅੰਮ੍ਰਿਤਸਰ ਹੈਰੋਇਨ ਹੱਬ ਕਿਵੇਂ ਬਣਦਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਸੰਗਰੂਰ 'ਚ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘੇਰਾਓ ਕੀਤਾ। ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਪਰਾਲੀ ਨੂੰ ਸਾੜਨ ਦੇ ਦੋਸ਼ ਵਿੱਚ ਕਿਸਾਨਾਂ 'ਤੇ ਪਾਏ ਕੇਸ ਵਾਪਸ ਲਏ ਜਾਣ। ਸੰਗਰੂਰ 'ਚ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਵਜ਼ੀਰ ਵਿਜੇਂਦਰ ਸਿੰਗਲਾ ਦੀ ਕੋਠੀ ਦਾ ਘੇਰਾਓ ਕਰ ਧਰਨਾ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਕਿਸਾਨਾਂ ਨੇ ਕਰਜ਼ਾ ਮਾਫ਼ੀ ਅਵਾਰਾ ਪਸ਼ੂਆਂ ਦੇ ਇੰਤਜ਼ਾਮ ਅਤੇ ਪਰਾਲੀ ਸਾੜਨ ਲਈ ਦਰਜ ਹੋਏ ਮਾਮਲਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਜੋ ਕਿਸਾਨਾਂ ਦੀ ਕਰਜ਼ਾ ਮੁਕਤੀ ਦਾ ਵਾਅਦਾ ਕਰਿਆ ਸੀ ਕੈਪਟਨ ਨੇ ਚੋਣਾਂ ਵੇਲੇ ਕੁਟਕਾ ਸਾਹਿਬ ਦੀ ਸਹੁੰ ਖਾ ਕੇ, ਉਹ ਪੂਰਾ ਨਹੀਂ ਕੀਤਾ ਗਿਆ। ਤਰ੍ਹਾਂ ਤਰ੍ਹਾਂ ਦੀਆਂ ਸ਼ਰਤਾਂ ਲਾ ਕੇ ਲੱਖਾਂ ਕਿਸਾਨ ਹਜੇ ਵੀ ਕਰਜ਼ਾ ਮਾਫ਼ੀ ਦੇ ਘੇਰੇ 'ਚੋਂ ਬਾਹਰ ਨੇ। ਸਾਡੀ ਮੰਗ ਹੈ ਕਿ 10 ਏਕੜ ਤੱਕ ਦੇ ਕਿਸਾਨਾਂ ਦਾ ਸਮੁੱਚਾ ਜਿਹੜਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਬੇਲੋੜੀਆਂ ਸ਼ਰਤਾਂ ਨੇ ਜਿਹੜੀਆਂ ਉਹ ਹਟਾਈਆਂ ਜਾਣ। ਜੇ ਆਪਾਂ ਜੇ ਸਿੰਗਲੇ ਦੀ ਕੋਠੀ ਦੇ ਅੱਗੇ ਕਰ ਰਹੇ ਹਾਂਗੇ ਅਤੇ ਆਪਣੀਆਂ ਮੰਗਾਂ ਇਹ ਨੇਗੀਆਂ, ਅਤੇ ਇੱਕ ਤਾਂ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਜੋ ਵੀ ਕਿਸਾਨ 10 ਕਿੱਲਿਆਂ ਦੀ ਜ਼ਮੀਨ ਤੱਕ ਨੇ ਉਹਨਾਂ ਦਾ ਬਿਲਕੁਲ ਕਰਜ਼ੇ ਦੇ ਉੱਪਰ ਲਕੀਰ ਵੱਜਣੀ ਚਾਹੀਦੀ ਹੈ, ਜਾਂ ਫਿਰ ਜਿਵੇਂ ਪਰਾਲੀ ਦਾ ਮਸਲਾ ਹੈ ਜਿਨ੍ਹਾਂ ਨੂੰ ਨੋਟਿਸ ਆ ਰਹੇ ਨੇ ਉਹ ਨੋਟਿਸ ਵਾਪਸ ਲਿੱਤੇ ਜਾਣ, ਜਾਂ ਜਿਵੇਂ ਸਾਡੀਆਂ ਕੰਪਾਈਨਾਂ ਨੇ ਗਿਆ ਕੰਪਾਈਨਾਂ ਅੰਦਰ ਕਰੀਆਂ ਨੇ ਪੈਸਿਆਂ ਨੋਟਿਸ ਕੱਢੇ ਹੋਏ ਨੇ ਉਹਨਾਂ ਨੂੰ ਕੰਪਾਈਨਾਂ ਨੂੰ ਛੱਡਿਆ ਜਾਵੇ ਅਤੇ ਉਹਨਾਂ ਨੂੰ ਬਹਾਲ ਕਰੇ। ਉੱਥੇ ਹੀ ਇਸ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਰੱਸੀਆਂ ਲਾ ਦਿੱਤੀਆਂ, ਜਿਸ ਤੋਂ ਨਾਰਾਜ਼ ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਜਦੋਂ ਨੇਤਾ ਜੀ ਵੋਟ ਲੈਣ ਆਉਣਗੇ ਤਾਂ ਉਹਨਾਂ ਨੂੰ ਇੱਦਾਂ ਹੀ ਰੋਕਣਗੇ। ਸੰਗਰੂਰ ਤੋਂ ਸਚਿਨ ਤੰਜਸ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਮੋਗਾ ਦੇ ਇੱਕ ਕਿਸਾਨ ਨੇ ਰਵਾਇਤੀ ਖੇਤੀ ਤੋਂ ਹਟ ਕੇ ਖੇਤੀ ਕੀਤੀ ਤੇ ਲੱਖਾਂ ਦਾ ਮੁਨਾਫਾ ਕਮਾਇਆ। ਇਸ ਕਿਸਾਨ ਨੇ ਦੱਸਿਆ ਕਿ ਉਸ ਨੇ ਰਵਾਇਤੀ ਖੇਤੀ ਤੋਂ ਹਟ ਕੇ 3 ਕਿੱਲਿਆਂ ਵਿੱਚ ਬਰੌਂਕਲੀ ਗੋਭੀ ਲਾ ਕੇ ਇਸ ਤੋਂ ਕਾਫੀ ਫਾਇਦਾ ਖੱਟਿਆ ਹੈ। ਮੋਗਾ ਦੇ ਕਿਸਾਨ ਅਜੇ ਸੂਦ ਨੇ ਰਵਾਇਤੀ ਚੱਕਰ ਤੋਂ ਵੱਖ ਹੋ ਕੇ ਬਰੌਕਲੀ ਦੀ ਖੇਤੀ ਕੀਤੀ, ਜਿਸ ਨਾਲ ਉਸ ਨੂੰ ਪ੍ਰਤੀ ਏਕੜ ਲੱਖਾਂ ਰੁਪਏ ਦੀ ਕਮਾਈ ਹੋਈ। ਬਰੌਕਲੀ ਨੂੰ ਨਾ ਸਿਰਫ ਵਿਟਾਮਿਨ ਭਰਪੂਰ ਮੰਨਿਆ ਜਾਂਦਾ ਹੈ, ਸਗੋਂ ਇਹ ਕੈਂਸਰ ਨੂੰ ਰੋਕਣ 'ਚ ਮਦਦਗਾਰ ਸਾਬਿਤ ਹੁੰਦੀ ਹੈ। ਕਿਸਾਨ ਅਜੇ ਸੂਦ ਨੇ 3 ਏਕੜ 'ਚ ਬਰੌਕਲੀ ਦੀ ਖੇਤੀ ਕੀਤੀ ਸੀ, ਜਿਸ 'ਚ ਖਰਚ ਵੀ ਘੱਟ ਆਇਆ ਤੇ ਮੁਨਾਫਾ ਵੀ ਵੱਧ ਹੋਇਆ। ਇੱਕ ਹੋਰ ਕਿਸਾਨ ਛੋਟੇ ਲਾਲ ਨੇ ਵੀ ਇਸ ਤਜਰਬੇ ਨੂੰ ਅਪਣਾਇਆ। ਬਰੌਕਲੀ ਹੈ ਇਹ ਨਾ ਪੱਤਾ ਗੋਭੀ ਤੋਂ ਇਟਲੀ ਤੋਂ ਆਈ ਸੀਗੀ, ਇਟਲੀ ਤੋਂ ਆਈ ਸੀ। ਲੇਕਿਨ ਮੇਰਾ ਇੱਕ ਕਹਿਣਾ ਹੈ ਸਰਕਾਰ ਨੂੰ ਕਿ ਫਾਰਮਰ ਤਾਂ ਆਪਣੇ ਪੈਸੇ ਲੈ ਕੇ ਚਲੇ ਜਾਂਦਾ, ਜਿਹੜੇ ਮਿਹਨਤੀ ਲੋਕ ਹੈ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਦਿਨ ਭਰ ਰਾਤ ਇੱਥੇ ਕੰਮ ਕੀਤਾ ਗੋਡ ਗਡਾਈ ਇਹ ਸਭ ਕੁਛ ਕਰਨ, ਔਰ ਖਾਸ ਤੌਰ 'ਤੇ ਜਿਵੇਂ ਛੋਟੇ ਲਾਲ ਵਰਗਾ ਬੰਦਾ ਹੈ, ਮਾਲਕਾਂ ਨੂੰ ਸਰਕਾਰ ਦੇ ਦਿੰਦੀ ਹੈ ਸਰਟੀਫਿਕੇਟ ਕਿ ਜੀ ਬਹੁਤ ਵੱਡੀ ਖੇਤੀ ਵਾਲਾ ਹੈ, ਜਿਹੜਾ ਕਿ ਸਨਮਾਨਿਤ ਜਿਹੜਾ ਕਰਨਾ ਚਾਹੀਦਾ ਉਹ ਜਿਹੜਾ ਵਰਕਰ ਹੈ ਜਿਹਦਾ ਮੇਨ ਰੋਲ ਹੈ ਉਹਨੂੰ ਕਰਨਾ ਚਾਹੀਦਾ। ਔਰ ਸਰਕਾਰ ਨੂੰ ਛੋਟੇ ਬੰਦਿਆਂ ਨੂੰ ਜਿਵੇਂ ਮਸ਼ੀਨਰੀ ਹੈ, ਇਹ ਕਿੰਨਾ ਖਰਚਾ ਆ ਜਾਂਦਾ ਜੀ ਇੱਕ ਕਿੱਲੇ 'ਤੇ ਸਾਰਾ, ਸਾਨੂੰ ਦੱਸੋ। ਇੱਕ ਕਿੱਲੇ 'ਤੇ ਖਰਚਾ ਕਰੀਬ 40,000 ਦੇ ਕਰੀਬ, 40,000 ਰੁਪਏ ਦੇ ਕਰੀਬ। ਕਿੰਨਾ ਮੁਨਾਫਾ ਹੁੰਦਾ, ਕਦੋਂ ਇਹ ਸਬਜ਼ੀ ਦੀ ਇਹ ਬੀਜੀ ਜਾਂਦੀ ਹੈ? ਇਹ ਬੀਜੀ ਜਾਂਦੀ ਹੈਗੀ ਹੈ ਸਪਟੰਬਰ 'ਚ ਅਤੇ ਫਰਵਰੀ ਤੱਕ ਰਹਿਣੀ ਹੈ। ਬੇਗੜ ਸਬਰੀਕ ਕਿੰਨੀ ਵਾਰੀ ਫਸਲਾਂ ਕੀਤੀਆਂ ਜਾਂਦੀਆਂ, ਕਟਿੰਗ ਕਿੰਨੀ ਵਾਰੀ ਹੁੰਦੀ ਹੈ? ਇਹਦੀ ਕਟਿੰਗ ਜਿਹੜੀ ਹੈਗੀ ਹੈ ਉਹ 2 ਵਾਰੀ ਹੁੰਦੀ ਹੈ। ਕਿੰਨਾ ਮੁਨਾਫਾ ਸਰ ਹੋ ਜਾਂਦਾ ਇੱਕ ਕਿੱਲੇ 'ਚੋਂ? ਇੱਕ ਕਿੱਲੇ 'ਚੋਂ ਤੁਹਾਨੂੰ ਦੱਸਤਾ ਕੀ ਗੱਲ, 1.25 ਲੱਖ ਤੋਂ 1.5 ਲੱਖ ਰੁਪਈਏ ਤੱਕ, ਜੇ ਤਾਂ ਪੂਰੀ ਉਹਦੀ ਪਰਵਰਿਸ਼ ਪੂਰੀ ਹੋਈ ਹੈ, ਕੋਈ ਨਾ ਰਾਬਤਾ ਨਾ ਆ ਜਾਵੇ, ਮਿਨੀਮਮ ਤਾਂ 1 ਲੱਖ ਰੁਪਈਆ ਹੋ ਹੀ ਜਾਣਾ। ਉਹ ਬਰੌਕਲੀ ਗੋਭੀ ਮੈਂ ਬਹੁਤ ਨਫਾ ਹੁਆ ਜੀ, ਮੈਂ ਬਰੌਕਲੀ ਗੋਭੀ ਹਰੇਕ ਬੰਦੇ ਕਹਤੇ ਹੈ ਖਾਓ, ਇਸਕੋ ਭਰਪੂਰ ਇਸਮੇ ਵਿਟਾਮਿਨ ਹੈ, ਔਰ ਇਹ ਬਰੌਕਲੀ ਗੋਭੀ ਮੈਂ ਬਿਗਰ ਸਪਰੇ ਕੇ ਹੋਤਾ ਹੈ, ਇਸਮੇ ਸੁੰਡੀ ਲਗਤੀ ਨਹੀਂ ਹੈ। ਦੂਸਰੀ ਚਿੱਟੀ ਗੋਭੀ ਮੈਂ ਸਪਰੇ ਹੋਤੀ ਹੈ, ਔਰ ਉਹ ਅੱਛਾ ਨਹੀਂ ਬਣਤਾ, ਜਿਹੜਾ ਇਸਕੋ ਇੱਕ ਬਾਰ ਖਾਏਗੇ ਉਹ ਬਾਰ ਬਾਰ ਇਹੀ ਗੋਭੀ ਖਾਏਗੇ, ਇਸਮੇ ਹਾਂ ਵਿਟਾਮਿਨ ਬਹੁਤ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਚੋਂ ਕੱਢਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਦਾ ਨਤੀਜਾ ਕੁਝ ਫੀਸਦ ਹੀ ਸਾਹਮਣੇ ਆਇਆ, ਜਦਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਘਟਦਾ ਪੱਧਰ ਵੀ ਰਵਾਇਤੀ ਖੇਤੀ ਦੀ ਵੱਡੀ ਵਜ੍ਹਾ ਹੈ। ਮੋਗਾ ਤੋਂ ਗੁਰਦੇਵ ਭਾਮ, ਦੈਨਿਕ ਸਵੇਰਾ ਟੀਵੀ।
ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਨੂੰ ਦਿਓ ਇਜਾਜ਼ਤ, ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ।